ਸਤਿ ਸ਼੍ਰੀ ਅਕਾਲ ਦੋਸਤੋ, ਅਖਬਾਰੀ ਸੱਤ ਪ੍ਰੋਗਰਾਮ ਲੈ ਕੇ ਮੈਂ ਇੱਕ ਵਾਰ ਫਿਰ ਹਾਜ਼ਰ ਹਾਂ। 10 ਦਸੰਬਰ 2019 ਦਿਨ ਮੰਗਲਵਾਰ ਬਠਿੰਡੇ ਦਾ ਦਾਦੀ ਪੋਤੀ ਪਾਰਕ ਦੇ ਵਿੱਚ ਸੱਤ ਅਤੇ ਸੱਤ ਦੀਆਂ ਉਹੀ ਗੱਲਾਂ ਜਿਹੜੀਆਂ ਅਸੀਂ ਕਰਦੇ ਹਾਂ, ਗੱਲਾਂ ਇਹੀ ਕਰਦੇ ਹਾਂ ਕਿ ਯਾਰ ਸਮਾਜ 'ਚ ਕੀ ਹੋ ਰਿਹਾ ਉਹਨਾਂ ਉਹਦੇ ਆਪਾਂ ਚਰਚਾ ਕਰਦੇ ਹਾਂ। ਅਤੇ ਉਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਜੋ ਜਿਨ੍ਹਾਂ 'ਤੇ ਅਸੀਂ ਚਰਚਾ ਕਰਦੇ ਹਾਂ ਉਹ ਖਬਰਾਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਅਖਬਾਰਾਂ ਦੇ ਵਿੱਚ ਆਉਂਦੀਆਂ, ਜਾਂ ਅਸੀਂ ਕਈ ਵਾਰੀ ਟੀ ਵੀ ਤੋਂ ਵੀ ਪੜ੍ਹ ਲੈਂਦੇ ਹਾਂ, ਸੋਸ਼ਲ ਮੀਡੀਆ ਜਿਹੜਾ ਉਹਦੇ ਤੋਂ ਵੀ ਅਸੀਂ ਸੁਣ ਲੈਂਦੇ ਹਾਂ। ਤਾਂ ਗੱਲ ਇਹੀ ਹੁੰਦੀ ਹੈ ਵੀ ਚਲੋ ਹਰ ਬੰਦਾ ਆਪਣੇ ਆਪਣੇ ਐਕਸਪੀਰੀਅੰਸਿਸ ਦੇ ਹਿਸਾਬ ਨਾਲ, ਆਪਣੀ ਆਪਣੀ ਸੋਚ ਦੇ ਹਿਸਾਬ ਨਾਲ ਆਪਣੇ ਆਪਣੇ ਤਰਕ ਦਿੰਦਾ। ਤਾਂ ਸਰਦਾਰ ਹਮੀਰ ਸਿੰਘ ਜੀ, ਕਿਉਂਕਿ ਸਾਰਿਆਂ ਦੇ ਨਾਮ ਹੁਣ ਤੁਸੀਂ ਜਾਣਦੇ ਹੋ, ਪਰ ਫਿਰ ਵੀ ਜੇ ਕਹਿੰਦੇ ਹੋ ਤਾਂ ਮੈਂ ਤਾਰੁਫ ਜਿਹੜਾ ਆ ਉਹ ਜ਼ਰੂਰ ਕਰਵਾ ਦੇਣਾ ਕਿ ਚਲੋ ਕਈ ਬੰਦੇ ਜਦੋਂ ਨਵੇਂ ਜੁੜਦੇ ਨੇ ਤਾਂ ਉਹਨਾਂ ਨੂੰ ਹੁੰਦਾ ਯਾਰ ਵੀ ਬੰਦਾ ਕੌਣ ਬੋਲਦਾ ਪਿਆ। ਤਾਂ ਮੇਰੇ ਖੱਬੇ ਪਾਸੇ ਗੁਰਜੀਤ ਗਿੱਲ ਜੀ, ਸਰਦਾਰ ਰਾਜਵੀਰ ਸਿੰਘ ਉਪਲੀ ਜੀ, ਸੁਖਵਿੰਦਰ ਸਿੰਘ, ਜਗਸੀਰ ਸਿੰਘ ਜੀ, ਸਰਦਾਰ ਹਮੀਰ ਸਿੰਘ ਜੀ, ਸਰਦਾਰ ਗੁਰਮੇਲ ਸਿੰਘ ਜੀ, ਸਾਬਕਾ ਸਰਪੰਚ ਸਤਿੰਦਰ ਜੀ ਅਤੇ ਸਰਦਾਰ ਹਰਚੰਦ ਸਿੰਘ ਜੀ, ਮੈਂ ਉਹੀ ਤੁਹਾਡਾ ਦੋਸਤ ਸ਼ਮਿੰਦਰ ਸਿੰਘ। ਤਾਂ ਹਮੀਰ ਜੀ ਨੂੰ ਹੀ ਪੁੱਛਦੇ ਹਾਂ ਵੀ ਆਪਾਂ ਕਿਹੜੀ ਖਬਰ ਹੈ ਜਿਹੜੀ ਇਹ ਪੜ੍ਹ ਰਹੇ ਨੇ। ਹਮੀਰ ਜੀ, ਧੰਨਵਾਦ। ਸ਼ਮਿੰਦਰ ਜੀ, ਮੇਰੀ ਨਿਗਾਹ ਹੈਗੀ ਹੈ ਬਠਿੰਡੇ ਅਜੀਤ ਦਾ ਬਠਿੰਡਾ ਲੋਕਲ ਪੇਜ ਹੈ, ਪਹਿਲੀ ਖਬਰ ਹੈ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਦੁੱਗਣੇ ਰੇਟਾਂ 'ਤੇ ਮਿਲ ਰਹੀਆਂ ਨੇ ਗੈਰ ਮਿਆਰੀ ਦਵਾਈਆਂ। ਮਤਲਬ ਅੱਜ ਪਹਿਲੀ ਗੱਲ ਤਾਂ ਆਪਣੇ ਸਮਾਜ ਦੇ ਵਿੱਚ ਆਪਣੀ ਸਿਹਤ ਕੁਛ ਰਿਲਾਵਟ ਕਰਕੇ ਜਾਂ ਕੁਛ ਹੋਰ ਰੁਝੇਵਾਂ ਕਰਕੇ ਸਿਹਤਾਂ ਬਹੁਤ ਖਰਾਬ ਨੇ। ਬਠਿੰਡੇ ਦੇ ਵਿੱਚ ਡਾਕਟਰ ਅਤੇ ਹਸਪਤਾਲ ਮਤਲਬ ਘਾਹ ਦੇ ਵਾਂਗੂ ਪੈਦਾ ਹੋਏ। ਪਹਿਲਾਂ ਹੀ ਜਿਹੜੇ ਮਰੀਜ਼ ਹੁੰਦਾ, ਬਿਮਾਰ ਹੁੰਦਾ, ਪਹਿਲਾਂ ਹੀ ਦੁਖੀ ਹੁੰਦਾ ਉਹ, ਅਤੇ ਪੈਸੇ ਪਹਿਲਾਂ ਹੀ ਵੱਧ ਲਾ ਚੁੱਕੇ ਨੇ, ਅਤੇ ਉਹ ਜੋ ਡਾਕਟਰ ਹੈ ਜਾਂ ਕੰਪਨੀਆਂ ਨੇ ਉਹ ਉਹਨਾਂ ਨੂੰ ਉਦੋਂ ਹੋਰ ਉਹਨਾਂ ਜਮੀ ਕੰਜੂਮਰ ਕੱਢ ਦਿੰਦੀਆਂ ਨੇ। ਆਪਾਂ ਦੇਖਦੇ ਹੀ ਹਾਂ ਪ੍ਰਾਈਵੇਟ ਹਸਪਤਾਲਾਂ ਚਲੇ ਜਾਂਦੇ ਹਾਂ ਆਪਾਂ, ਉਹਨਾਂ ਦੇ ਹਰੇਕ ਦੇ ਵਿੱਚ ਠੀਕ ਹੈ ਮੈਡੀਕਲ ਦੀ ਦੁਕਾਨ ਹੋਣੀ ਚਾਹੀਦੀ ਹੈ, ਪਰ ਮੈਂ ਕਹਿਣਾ ਵੀ ਜੇ ਮਰੀਜ਼ ਨੂੰ ਜੇ ਬਾਹਰੋਂ ਕੋਈ ਚੀਜ਼ ਸਸਤੀ ਮਿਲਦੀ ਹੈ ਜਾਂ ਵਧੀਆ ਕੰਪਨੀ ਦੀ ਮਿਲਦੀ ਹੈ ਤਾਂ ਉਸ 'ਤੇ ਰਿਸਟ੍ਰਿਕਸ਼ਨ ਨਹੀਂ ਹੋਣੀ ਚਾਹੀਦੀ, ਉਹ 'ਤੇ ਰੋਕ ਨਹੀਂ ਹੋਣੀ ਚਾਹੀਦੀ। ਮਤਲਬ ਹੁਣ ਆਮ ਮਰੀਜ਼ਾਂ ਦੀ ਕੰਪਲੇਂਟ ਇਹ ਹੈ ਕਿ ਅਸੀਂ ਦਾਖਲ ਤਾਂ ਹੋ ਜਾਂਦੇ ਹਾਂ ਉੱਥੇ, ਸਾਨੂੰ ਦਵਾਈ ਵੀ ਮਤਲਬ ਬਾਹਰੋਂ ਨਹੀਂ ਲੈਣ ਦਿੰਦੇ, ਉਹ ਜੋ ਦਵਾਈ ਲਾਉਂਦੇ ਉਹ ਕਹਿੰਦੇ ਸਾਡੇ ਕੋਲੋਂ ਹੀ ਖਰੀਦੋ ਅਤੇ ਅਸੀਂ ਬਾਹਰਲੀ ਦਵਾਈ ਲਾਉਂਦੇ ਨਹੀਂ, ਬੇਸ਼ੱਕ ਕਿਸੇ ਕੰਪਨੀ ਦੀ ਹੋਵੇ। ਪਹਿਲੀ ਗੱਲ ਤਾਂ ਉਹ ਮਤਲਬ ਵਧੀਆ ਕੰਪਨੀ ਦਵਾਈਆਂ ਜਿਨ੍ਹਾਂ ਦੇ ਰੇਟ ਜ਼ਿਆਦਾ ਹੁੰਦੇ ਨੇ ਦੇਸੀ ਦਵਾਈਆਂ, ਇਹੀ ਖਬਰ ਲੱਗੀ ਹੈ ਰਾਮਪੁਰੇ ਤੋਂ ਕਿ ਜਿਹੜੀਆਂ ਮਤਲਬ ਵਧੀਆ ਕੰਪਨੀਆਂ ਨੇ ਉਹਨਾਂ ਦੀ ਦਵਾਈ ਨਹੀਂ ਲਿਖਦੇ, ਅਤੇ ਅੱਜ ਕੁਛ ਇਹੋ ਜਿਹੀਆਂ ਦਵਾਈਆਂ ਨੇ ਵਧੀਆ ਕੰਪਨੀਆਂ ਦਵਾਈਆਂ ਸਸਤੀਆਂ ਨੇ ਅਤੇ ਦੂਜੀਆਂ ਦਵਾਈਆਂ ਦੀ ਕੀਮਤ 10 ਗੁਣਾ ਵੀ ਲਿਖੀ ਹੋਈ ਹੈ ਕਿ ਦੇਸੀ ਜੋ ਕੰਪਨੀਆਂ ਨੇ ਉਹਨਾਂ ਦੀ ਦਵਾਈ ਅਤੇ ਮਾਰਕੀਟ ਦੀ ਕੰਪਨੀ ਦੀ ਦਵਾਈ ਦੇ ਵਿੱਚ 10 ਗੁਣਾ ਦਾ ਫਰਕ ਹੈ। ਮਤਲਬ ਇਹ ਅਮੀਰ ਸਿੰਘ ਜੀ, ਇਹਦੇ ਵਿੱਚ ਕੀ ਹੋ ਗਿਆ ਵੀ ਜਿਹੜੀ ਇਹ ਦਵਾਈ ਹੈ ਨਾ, ਯਕੀਨਨ ਮੰਨੋ ਜਦੋਂ ਆਪਣਾ ਕੋਈ ਪੇਸ਼ੈਂਟ ਦਾਖਲ ਹੋ ਗਿਆ ਨਾ, ਤੁਸੀਂ ਉਹ ਦਵਾਈ ਵੀ ਆਪ ਹੀ ਚੱਕੀ ਜਾਣਗੇ ਤਾਂ ਬਸ ਉਹਨੂੰ ਆਪਣੇ ਬਿੱਲ ਭਰੀ ਚਲੋ, ਬਸ ਇਕੱਲਾ ਬਿੱਲ ਭਰਨ 'ਤੇ ਰੱਖੇ ਪਿਆ, ਉਹ ਛੱਡੋ ਦੱਸਦੀ ਨਹੀਂ ਵੀ ਅਸੀਂ ਕੀ ਦਵਾਈ ਲੈ ਲਈ, ਦਵਾਈ ਵੀ ਅੰਦਰ ਦੀ ਅੰਦਰ ਤੁਰੀ ਜਾਂਦੀ ਹੈ ਅਤੇ ਨਾ ਦੀਆਂ ਆਖਿਰ ਬਸ ਇੰਨੇ ਭਰ ਦਿਓ ਇੰਨੇ ਭਰ ਦਿਓ, ਇਹ ਤਾਂ ਵੱਡੀ ਲੁੱਟ ਇੱਥੇ ਇਸ ਕੰਮ ਦੀ ਹੋ ਰਹੀ ਹੈ। ਜਿਵੇਂ ਜਿੰਨੇ ਪ੍ਰਾਈਵੇਟ ਹੋਸਪਿਟਲ ਹੈ ਇਹਨਾਂ ਦੇ ਵਿੱਚ ਜਿਹੜੇ ਮੈਡੀਕਲ ਸਟੋਰ ਹੋਣ ਉਹ ਜਿਵੇਂ ਅਤੇ ਮੋਦੀ ਵਾਲੇ ਮੈਡੀਕਲ ਸਟੋਰ ਬਣੇ ਆ, ਤੁਸੀਂ ਪ੍ਰਾਈਵੇਟ ਹਸਪੀਟਲ ਆ, ਤੁਸੀਂ ਆਪਦੇ ਪਰਚੀ ਦੇ ਰਹੋ, ਆਪਦੇ ਟ੍ਰੀਟਮੈਂਟ ਜਿਹੜਾ ਕਰਨਾ ਹੈ
ਜੋ ਦਵਾਈ ਹੈ ਉਹ ਸਰਕਾਰੀ ਰੇਟ 'ਤੇ ਕੰਟਰੋਲ ਰੇਟ 'ਤੇ, ਮੈਂ ਕੱਲ੍ਹ ਦਵਾਈ ਲੈ ਕੇ ਆਇਆ ਉਹਨਾਂ ਤੋਂ ਜੀ ਬਜ਼ੁਰਗਾਂ ਦੀ, ਜਿਹੜੀ ਤੁਸੀਂ ਇਹ ਲਾ ਲਓ ਵੀ 6 ਮਹੀਨਿਆਂ ਦੀ ਦਵਾਈ ਜਿਹੜੀ ਬਾਹਰੋਂ ਅਸੀਂ ਲੈਂਦੇ ਸੀਗੇ, ਠੀਕ ਹੈ, ਉਹ ਤੁਸੀਂ ਲਾ ਲਓ ਜੀ 6 ਮਹੀਨਿਆਂ ਦੀ, 1 ਮਹੀਨੇ ਦੇ ਪੈਸੇ ਨਾਲ 6 ਮਹੀਨਿਆਂ ਦੀ ਦਵਾਈ ਉਨੀ ਆਈ ਹੈ। ਬਿਲਕੁਲ ਠੀਕ ਹੈ, ਇਹੀ ਮੈਂ ਕਹਿਣਾ ਚਾਹੁੰਦਾ। ਇਹ ਜੋ ਗਵਰਨਮੈਂਟ ਨੂੰ ਇਹ ਚਾਹੀਦਾ, ਜਿੰਨੇ ਪ੍ਰਾਈਵੇਟ ਹੋਸਪਿਟਲ ਆ ਉਹਨਾਂ ਦੇ ਵਿੱਚ ਸਰਕਾਰੀ ਮੈਡੀਕਲ ਮੋਦੀ ਵਾਲੇ, ਉਹਨਾਂ ਦੀ ਦਵਾਈ ਕੰਟਰੋਲ ਰੇਟ 'ਤੇ ਉਸ ਹਿਸਾਬ 'ਤੇ ਹੋਣੀ ਚਾਹੀਦੀ। ਇਹ ਇੱਕ ਦਿਨ ਮੈਂ ਹੋਰ ਵੇਖਿਆ ਜੀ, ਮੈਂ ਇੱਕ ਨਾ ਮੈਡੀਕਲ ਵਾਲਿਆਂ ਨੂੰ ਪੁੱਛ ਬੈਠਾ ਇਸ ਗੱਲ 'ਤੇ, ਮੈਂ ਯਾਰ ਮੈਨੂੰ ਐਂ ਦੱਸ ਉਹ ਇੰਨੇ ਰੇਟ ਦਿੰਦੇ ਆ, ਤੁਸੀਂ ਇੰਨੇ ਰੇਟ ਦਿਓ, ਜਿਹੜਾ ਵਿੱਚ ਸ਼ਾਲਟ ਇੱਕੋ ਹੀ ਹੈ। ਕਹਿੰਦਾ ਨਹੀਂ ਇਹ ਹੋਰ ਫਰਕ ਹੈ। ਮੈਂ ਜੀ ਦੱਸੋ ਕੀ ਫਰਕ ਹੈ? ਕਹਿੰਦਾ ਜਦੋਂ ਦਵਾਈਆਂ ਬਣਾਉਂਦੇ ਆ ਨਾ ਕੰਪਨੀਆਂ ਮਖਾਸ਼ਾ, ਉਹਨਾਂ ਦਾ ਜਿਹੜਾ ਬੇਕਾਰ ਬੂਰਾ ਥਰੇ ਢਿਕਵੇਂ ਦਾ, ਉਹ ਤੋਂ ਚੱਕ ਇਹ ਗੋਲੀਆਂ ਬਣਾ ਮੈਂ ਆਉਣਾ ਚਾਹੀਦਾ। ਜਾਣੀਆਂ ਲੋਕਾਂ ਨੂੰ ਬੁੱਧੂ ਬਣਾ ਰਹੇ ਆ ਵੀ ਐਵੇਂ ਖਿਲਾਫ਼ ਹੋ ਸਕਦਾ। ਆਪਾਂ ਡਾਕਟਰ ਸਾਹਿਬ ਕੋਲੇ ਜਾਂਦੇ ਹਾਂ, ਹਾਂਜੀ, ਜਿਹੜੀ ਉਹ ਦਵਾਈ ਲਿਖ ਦਿੰਦਾ, ਉਹ ਜਿਹੜੀ ਉਹਦੇ ਉੱਥੇ ਮੈਡੀਕਲ ਉਹ ਹੈ ਮੈਡੀਕਲ ਸਟੋਰ ਬਣਿਆ ਜਾਂ ਕੁਛ ਵੀ ਹੈ, ਉਹ ਉਸੇ ਤੋਂ ਹੀ ਮਿਲਦੀ ਹੈ। ਜੇ ਤੁਸੀਂ ਹੋਰ ਤੋਂ ਚਲੇ ਜਾਓ ਡੁਪਲੀਕੇਟ ਦੇ ਤੀ ਛੋਟੇ ਵੀਰ ਦੇਖੋ, ਸਰਕਾਰੀ ਹੋਸਪਿਟਲ ਨੇ ਉੱਥੇ ਦਵਾਈਆਂ ਦੁਕਾਨਾਂ ਵੀ ਨਹੀਂ ਆ, ਆਪਣੀ ਤਸੱਲੀ ਨਹੀਂ ਬਣਦੀ ਜਿੰਨਾ ਚਿਕਰ ਉੱਥੇ ਕਹਿੰਦੇ ਸੰਭਾਲ ਨਹੀਂ ਹੁੰਦੀ, ਉਹ ਦਵਾਈ ਨਹੀਂ ਚੰਗੀ ਮਿਲਦੀ। ਆਪਣਾ ਮਨ ਘਟਾਉਂਦੇ ਨੇ ਭਾਈ, ਜਿਹੜਾ ਸਾਡਾ ਹੀ ਹੈ ਇਹ ਦਵਾਈ ਚੰਗੀ ਹੈ, ਸਭ ਕੁਛ ਹੈ, ਇਹ ਆਪਾਂ ਨੂੰ ਆਪਣੇ ਢੰਗ ਨਾਲ ਫੜੂਗਾ ਨਾ। ਜਦੋਂ ਸਰਕਾਰੀ ਉਹਦੇ ਵਿੱਚ ਜਿਹੜੇ ਮੋਦੀ ਵਾਲੇ ਮੈਡੀਕਲ ਸਟੋਰ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਹੋ ਗਏ, ਉਹ ਦਵਾਈ ਫਿਰ ਬਾਹਰੋਂ ਕਿਵੇਂ ਲਿਖ ਕੇ ਦੇਊਗਾ? ਦੇਖੋ ਬਿਮਾਰੀ ਦਾ ਬਿਲਕੁਲ ਬਹੁਤ ਗੱਲ ਉਹੀ ਹੈ ਨਾ। ਦੇਖੋ ਮੈਂ ਤੁਹਾਨੂੰ ਇਹ ਗੱਲ ਕਰਦਾ ਜਿਹੜੀ ਤੁਸੀਂ ਗੱਲ ਕੀਤੀ ਨਾ ਹਸਪੀਟਲਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ, ਮਹਾਰਾਜ ਡਾਕਟਰਾਂ ਨੇ ਮੋਟੇ ਮੋਟੇ ਪੈਸੇ ਲੈ ਕੇ ਉਹਨਾਂ ਤੋਂ ਉਹਨਾਂ ਨੂੰ ਦੁਕਾਨਾਂ ਦਿੱਤੀਆਂ ਹੋਈਆਂ ਨੇ, ਉਹਨਾਂ ਨੇ ਉਹ ਖਰਚੇ, ਹਾਂ ਠੀਕ ਹੈ ਫਿਰ, ਹਾਂਜੀ ਬਿਲਕੁਲ, ਤੁਸੀਂ ਜੋ ਮਰਜ਼ੀ ਕਰੀ ਚਲੋ। ਫਿਰ ਅੱਗੋਂ ਡਾਕਟਰ ਪਤਾ ਕੀ ਕਹਿਣਗੇ? ਅੱਛਾ ਤੁਸੀਂ ਇੱਦਾਂ ਕਰੋ, ਤੁਸੀਂ ਉੱਥੋਂ ਦਵਾਈ ਲਿਆਓ, ਸਾਨੂੰ ਦਿਖਾ ਦਿਓ, ਤੁਹਾਨੂੰ ਅਸੀਂ ਸਮਝਾ ਦਿਆਂਗੇ ਵੀ ਦਵਾਈ ਕਿੱਦਾਂ ਲੈਣੀ। ਉਹ ਇਹ ਹੁੰਦਾ ਕਿ ਪਹਿਲਾਂ ਤੁਸੀਂ ਦਵਾਈ ਉਸੇ ਦੁਕਾਨ ਤੋਂ ਲੈ ਕੇ ਆਓਗੇ, ਫਿਰ ਦੇਖਣਾ ਤਾਂ ਇਹ ਹੁੰਦਾ ਵੀ ਦਵਾਈ ਆ ਗਈ ਕਿ ਨਹੀਂ ਆਈ। ਸਮਝਾਉਣ ਵਾਲੀ ਤਾਂ ਗੱਲ ਕੋਈ ਐਡਾ ਅਨਪੜ੍ਹ ਨਹੀਂ, ਜਦੋਂ ਤੁਸੀਂ ਉਹਦੇ 'ਤੇ ਲਿਖ ਹੀ ਦਿੱਤਾ ਵੀ ਭਾਈ, ਜਦੋਂ ਉਹ ਲਾਈਨਾਂ ਜਿਹੀਆਂ ਲਾ ਦਿੰਦੇ ਨਾ, ਲਾਈਨਾਂ ਇੱਕ ਲਾਈਨ ਫਿਰ ਜ਼ੀਰੋ ਫਿਰ ਦੂਜੀ, ਵੀ ਮੀਨਸ ਬਿਲਕੁਲ, ਤਾਂ ਹਰ ਬੰਦਾ ਪੜ੍ਹਿਆ ਲਿਖਿਆ, ਐਸੀ ਗੱਲ ਨਹੀਂ, ਇੰਨਾ ਤਾਂ ਬੇਵਕੂਫ ਕੋਈ ਨਹੀਂ ਹੁੰਦਾ ਜਿਹਨੂੰ ਪਤਾ ਨਾ ਲੱਗੇ ਯਾਰ ਵੀ ਦਵਾਈ ਕਿੱਦਾਂ ਖਾਣੀ ਹੈ। ਪਰ ਡਾਕਟਰਾਂ ਨੇ ਇਹ ਦੇਖਣਾ ਹੁੰਦਾ ਵੀ ਠੀਕ ਹੈ ਉਹੀ ਦਵਾਈ ਆ ਗਈ ਹੈ ਤਾਂ ਚਲੋ ਮੇਰਾ ਕਮਿਸ਼ਨ ਪੱਕਾ ਹੋ ਗਿਆ, ਪੱਕਾ ਹੋ ਗਿਆ ਬਸ, ਮਕਸਦ ਉਹਨਾਂ ਦਾ ਹੁੰਦਾ। ਫਿਰ ਤੁਸੀਂ ਦੂਸਰੀ ਗੱਲ ਉਹਨਾਂ ਦਾ ਇਹ ਦੇਖ ਲਓ, ਉਹ ਲਿਖਿਆ ਹਿਸਾਬ ਨਾਲ ਹੁੰਦਾ ਦਵਾਈ, ਤੁਹਾਨੂੰ ਮਿਲਣੀ ਉਸੇ ਦੁਕਾਨ ਤੋਂ, ਤੁਸੀਂ ਜਿੱਥੇ ਮਰਜ਼ੀ ਤੁਰੇ ਫਿਰ। ਫਿਰ ਤੀਜੀ ਗੱਲ ਇਹ, ਤੁਸੀਂ ਇਹ ਜਿਹੜੀਆਂ ਦਵਾਈਆਂ ਹਮੀਰ ਜੀ ਜਿਹੜੀ ਤੁਸੀਂ ਗੱਲ ਕੀਤੀ, ਇਹਨਾਂ ਦੀਆਂ ਵੈਬਸਾਈਟਸ ਦੇਖ ਲਓ। ਆਪਾਂ ਕਈ ਵਾਰੀ ਮੇਰੇ ਨਾਲ ਇੱਦਾਂ ਹੋਇਆ, ਮੈਂ ਇੱਕ ਦਵਾਈ ਸੀਗੀ, ਕਹਿਣਾ ਨਹੀਂ ਮੈਂ ਚਾਹੁੰਦਾ, ਇੱਕ ਇੰਜੈਕਸ਼ਨ ਸੀਗਾ, ਉਹਦੇ 'ਤੇ ਰੇਟ ਲਿਖਿਆ ਸੀ 11,000 ਕੁਛ ਦਾ। ਚਲੋ ਮੈਂ ਥੋੜ੍ਹੀ ਜਿਹੀ ਰਿਕੁਐਸਟ ਕੀਤੀ ਤਾਂ ਉਹ ਮੈਨੂੰ 5800 ਰੁਪਏ ਦਾ ਰਿਟੇਲਰ ਨੇ ਲਾਇਆ। ਸਾਲਟ ਸੇਮ ਉਹੀ ਚੀਜ਼, 11,000 ਕੁਛ ਦਾ 5800 ਦਾ ਲੱਗ ਗਿਆ। ਉਸ ਤੋਂ ਬਾਅਦ ਸੇਮ ਸਾਲਟ ਮੈਂ ਹੋਲਸੇਲਰ ਕੋਲ ਚਲਾ ਗਿਆ, ਉਹੀ ਚੀਜ਼ ਮੈਨੂੰ 1800 ਰੁਪਏ ਦੀ। ਤੁਸੀਂ ਦੇਖੋ, ਫਿਰ ਮੈਂ ਉਹਦੀ ਵੈਬਸਾਈਟ ਦੇਖੀ ਵੀ ਯਾਰ ਮੈਂ ਵੈਬਸਾਈਟ ਦੇਖਾਂ ਕਿੱਥੋਂ ਦਾ ਇਹ ਚੀਜ਼, ਤਾਂ ਵੈਬਸਾਈਟ ਦੇ ਉੱਤੇ ਸਿਰਫ 2 ਨਾਮ ਉਸ ਕੰਪਨੀ ਦੇ ਡਾਇਰੈਕਟਰਾਂ ਦੇ ਸੀਗੇ, ਉਹਦੇ ਉੱਤੇ ਕੋਈ ਐਡਰੈਸ ਨਹੀਂ ਸੀ,
ਕੋਈ ਫੋਨ ਨੰਬਰ ਨਹੀਂ ਸੀ, ਕੁਛ ਨਹੀਂ ਸੀ। ਤੇ ਉਹ ਚੀਜ਼ ਆ ਜਿਹੜੀ ਤੁਸੀਂ ਵੇਖ ਲਓ ਵੀ ਕਿੰਨਾ ਮਾਰਜਨ ਇਹਨਾਂ ਚੀਜ਼ਾਂ ਦੇ ਵਿੱਚ, ਵੀ ਕਿੰਨੀ ਲੁੱਟ ਹੈ। ਇਸੇ ਕਰਕੇ ਤਾਂ ਅਸੀਂ ਲੋਕ ਕਾਮਯਾਬ ਨਹੀਂ ਹੁੰਦੇ। ਡਾਕਟਰ ਤੁਸੀਂ ਇਹ ਵੇਖੋ ਦਿਨੋਂ ਦਿਨ ਦਿਨੋਂ ਦਿਨ ਵੱਡੇ ਵੱਡੇ ਹੋਸਪਿਟਲ, ਬੜੇ ਵੱਡੇ ਹੋਸਪਿਟਲ ਨੇ ਬਠਿੰਡੇ, ਕਿੰਨੀਆਂ ਮੰਜ਼ਲਾਂ ਉਹ ਕਰ ਦੇਖੋ। ਉਹ ਲੋਨ ਲੈ ਕੇ ਗੱਲ ਹੋ ਜਾਂਦੀ ਹੈ, ਉਹ ਲੋਨ ਵੱਡੇ ਵੱਡੇ ਲੋਨ ਲੈ ਲੈਂਦੇ ਨੇ, ਉਹ ਕੱਢਦੇ ਕਿਹਦੇ ਤੋਂ? ਸਾਡੇ ਤੋਂ। ਤੁਸੀਂ ਇੱਕ VIP ਰੂਮ ਕਿਸੇ ਹੋਟਲ 'ਚ ਲੈਣਾ ਹੋਵੇ ਤਾਂ ਤੁਹਾਨੂੰ 2-2 ਹਜ਼ਾਰ 'ਚ ਵਧੀਆ ਮਿਲ ਜਾਂਦਾ। ਤੁਸੀਂ ਹੋਸਪਿਟਲ ਦੇ ਵਿੱਚ ਜਾਓ ਤਾਂ ਘੱਟੋ ਘੱਟ, ਹਾਂਜੀ ਨਹੀਂ ਜੀ, ਇਹ ਤਾਂ ਸਾਡਾ 4.5 ਹਜ਼ਾਰ ਰੁਪਇਆ, 3.5 ਹਜ਼ਾਰ ਰੁਪਇਆ, ਠੀਕ ਹੈ। ਫਿਰ ਉੱਥੇ ਜੀ ਤੁਸੀਂ ਇੱਕ ਬੰਦੇ ਤੋਂ ਵੱਧ ਫਾਲਤੂ ਉੱਥੇ ਰਹਿ ਨਹੀਂ ਸਕਦਾ, ਨਹੀਂ ਜੀ ਰੌਲਾ ਨਾ ਪਾਓ। ਚਲੋ ਅੱਛੀ ਗੱਲ ਹੈ, ਇਹ ਚੀਜ਼ ਅੱਛੀ ਹੈ ਵੀ ਚਲੋ ਰੌਲਾ ਨਾ ਪਾਓ। ਕਈ ਵਾਰੀ ਅਸੀਂ ਲੋਕ ਵੀ ਜਾ ਕੇ ਉੱਥੇ ਘਬਰਾਏ ਹੋਏ ਹੁੰਦੇ ਹਾਂ ਅਤੇ ਸਾਥੋਂ ਬੋਲਿਆ ਜਾਂਦਾ, ਭਾਜੜਾਂ ਪੈ ਜਾਂਦੀਆਂ ਸਾਰੇ ਟੱਬਰ ਦੀਆਂ, ਪਰ ਇਹ ਲੋਕ ਹੈਪਚੁਅਲ ਹੋ ਚੁੱਕੇ ਨੇ। ਇਹਨਾਂ ਨੂੰ ਪਤਾ ਵੀ ਠੀਕ ਹੈ ਸਾਡੇ ਲਈ ਗਾਹਕ ਨੇ, ਅਸੀਂ ਇਹਨਾਂ ਲਈ ਮਰੀਜ਼ ਨਹੀਂ ਹੁੰਦੇ ਐਕਚੁਅਲ ਦੇ ਵਿੱਚ, ਜੋ ਮੈਂ ਦੇਖਿਆ ਅਸੀਂ ਇਹਨਾਂ ਲਈ ਗਾਹਕ ਬਣ ਕੇ ਜਾਂਦੇ ਹਾਂ। ਅੱਛਾ ਚਲੋ ਗਾਹਕ ਆ ਗਿਆ, ਬਹੁਤ ਚੰਗੀ ਗੱਲ ਹੈ ਵੀ ਹੁਣ ਛਿੱਲ ਲਾ ਲਓ। ਡਾਕਟਰ ਸਾਡੀਆਂ ਛਿੱਲਾਂ ਲਾਉਂਦੇ ਨੇ, ਦਵਾਈਆਂ ਵਾਲੇ ਸਾਡੀਆਂ ਛਿੱਲਾਂ ਲਾਉਂਦੇ ਨੇ, ਪਤਾ ਨਹੀਂ। ਚਲੋ ਅਸੀਂ, ਮੈਂ ਤਾਂ ਕਹਿੰਦਾ ਨਾ ਥੈਂਕਸ ਵਾਹਿਗੁਰੂ ਜੀ, ਸਾਨੂੰ ਚਮੜੀ ਐਡੀ ਮਜ਼ਬੂਤ ਦਿੱਤੀ ਹੈ ਵੀ ਸਾਡੇ ਤੋਂ ਉਨ ਲੱਥ ਦੀ ਜਾ ਰਹੀ ਹੈ। ਮੇਰੇ ਗੁਆਂਢ ਦੇ ਵਿੱਚ ਧਰਮਸ਼ਾਲਾ ਸਾਂਝੀ ਦੇ ਵਿੱਚ ਡਿਸਪੈਂਸਰੀ ਹੈ, ਉਹਦੀ ਛੱਤ ਇਹ ਨਹੀਂ ਪਤਾ ਕਦੋਂ ਡਿੱਪੇ, ਖਸਤਾ ਹਾਲਤ ਹੈ, ਪਰ ਉਹ ਛੱਡਦੇ ਨਹੀਂ ਉਹਨੂੰ। ਉੱਥੇ ਇੱਕ ਮਿੰਟ ਪਲੀਜ਼ ਬੇਨਤੀ ਸੁਣ ਲਓ ਮੇਰੀ ਗੱਲ। ਉੱਥੇ ਬਲੱਡ ਪ੍ਰੈਸ਼ਰ ਵਾਲੀ ਕੋਈ ਮਸ਼ੀਨ ਨਹੀਂ, ਕੋਈ ਵੇਟ ਵਾਲੀ ਕੋਈ ਮਸ਼ੀਨ ਨਹੀਂ, ਕੁਛ ਨਹੀਂ। ਉਹਨਾਂ ਕੋਲ ਜਾਈਦਾ, ਤਨਖਾਹ ਤਾਂ ਮਿਲਦਾ 5 ਲੱਖ ਦਿੰਦੇ ਨੇ ਉਹਨਾਂ ਮੁਲਾਜ਼ਮਾਂ ਨੂੰ। ਉਹਨਾਂ 'ਚ ਵਰਕ ਆਨ ਕਰ ਰਿਹਾ, ਜਿਹੜੀ ਸਫਾਈ ਵਾਲੀ ਹੈ 700 ਵਾਲੀ ਹੈ, 800 ਵਾਲੀ ਹੈ, 1000 ਵਾਲੀ ਹੈ, ਉਹ ਉਹਨਾਂ ਦੇ ਘਰਾਂ 'ਚ ਵੀ ਕੰਮ ਕਰਦੇ ਖੁਰਦ ਕਰਦੇ। ਇੱਕ ਜਿਹੜੀ ਡਾਕਟਰ ਮੈਡਮ ਹੈ, ਉਹ ਤਾਂ ਇੱਕ ਟੈਲੀਫੋਨ ਚੱਲ ਰਿਹਾ ਉਹਦਾ, ਕਦੇ ਉਹ ਧਰਮਸ਼ਾਲਾ ਦੇ ਅੰਦਰ ਵੜ ਗਈ, ਕਦੇ ਉੱਥੇ ਵੜ ਗਈ। ਮੈਂ ਤਾਂ ਉਹਦਾ ਟੈਲੀਫੋਨ ਹੀ ਸੁਣਦਾ, ਮੈਂ ਦਵਾਈ ਤਾਂ ਦੇਖੀ ਨਹੀਂ। ਸਹੀ ਗੱਲ ਹੈ ਜੀ, ਐਂਟਰੀਆਂ ਪਤਾ ਨਹੀਂ ਕੀ ਪਾਉਂਦੇ ਨੇ, ਇਹ ਦਵਾਈ ਤਾਂ ਸਰਕਾਰ ਨੇ ਦਿੱਤੀ ਨਹੀਂ, ਜੇ ਸਰਕਾਰ ਨੇ ਦਵਾਈ ਨਹੀਂ ਦਿੱਤੀ ਤੁਸੀਂ 4-15 ਕਿਉਂ ਬੈਠੇ? ਜਨਤਾ ਨੂੰ ਲੁੱਟ ਰਹੇ ਹੈ, ਕਿੰਨੀ ਲੁੱਟ ਰਹੇ ਹੈ ਵੀ ਉਸ ਚੀਜ਼ ਦੀ ਲੁੱਟ ਤਾਂ ਫੇਰ ਹੀ ਰੁਕੂਗੀ ਨਾ। ਨਵੀਂ ਖਬਰ ਹੈ ਜੀ, ਹੈਲੋ, ਇੱਕ ਨਵੀਂ ਖਬਰ ਹੈ ਜੀ, ਹਰਿਆਣਾ ਦੀ ਮੱਝ ਨੇ ਬਣਾਇਆ ਵਿਸ਼ਵ ਰਿਕਾਰਡ ਕਿ ਪਸ਼ੂਆਂ ਦੇ ਮੁਕਾਬਲੇ ਦੌਰਾਨ ਹਰਿਆਣਾ ਦੇ ਸੁਖਵੀਰ ਸਿੰਘ ਦੀ ਮੋਹਰਾ ਨਸਲ ਦੀ ਮੱਝ ਨੇ ਦੁੱਧ ਦਾ ਨਵਾਂ ਰਿਕਾਰਡ ਬਣਾਉਂਦਿਆਂ 32 ਕਿਲੋ 66 ਗ੍ਰਾਮ ਤੋਂ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਮੱਝ ਦਾ 32 ਕਿਲੋ 50 ਗ੍ਰਾਮ ਦਾ ਵਿਸ਼ਵ ਰਿਕਾਰਡ ਸੀ। ਮੈਨੂੰ ਯਾਰ ਇੱਕ ਇੱਥੇ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ ਪੰਜਾਬ ਦੇ ਵਿੱਚ ਕੀ ਨਜ਼ਰ ਲਾ ਗਈ, ਪੰਜਾਬ ਦੇ ਲੋਕਾਂ ਨੂੰ ਕੀ ਹੋ ਗਿਆ ਵੀ ਜਿਹੜੀ ਮੱਝ ਹੈ ਉਹ ਹਰਿਆਣੇ 'ਚੋਂ ਮਿਲਦੀ ਹੈ, ਜਿਹੜਾ ਕੁਛ ਮਿਲਦਾ ਉਹ ਹਰਿਆਣੇ 'ਚੋਂ ਮਿਲਦਾ ਹੈ। ਅੱਛਾ, ਜਿੰਨੇ ਮੇਲੇ ਲੱਗਦੇ, ਵੇਖੋ ਜਿੰਨੇ ਮੇਲੇ ਲੱਗਦੇ ਆ ਉਹ ਸਾਡੇ ਪੰਜਾਬ 'ਚ ਲੱਗਦੇ ਆ, ਅਤੇ ਸਾਡੇ ਲੋਕ ਇਕੱਠੇ ਹੋ ਜਾਂਦੇ ਆ। ਜਿਵੇਂ ਹੁਣ ਆਹ ਸਦਰਪੁਰਾ ਨੇ ਮੇਲਾ ਆਪਣਾ ਜਗਰਾਵਾਂ 'ਚ ਲਾਇਆ ਸੀ, ਉਹਦੇ ਵਿੱਚ ਇਹ ਮੱਝ ਨੇ ਮਤਲਬ ਆਪਦਾ ਰਿਕਾਰਡ ਕਾਇਮ ਕੀਤਾ ਹੈ। ਸਾਡੇ ਪਤਾ ਨਹੀਂ ਕਾਰਨ ਕੀ ਆ ਵੀ ਕਿਉਂ ਇੰਨਾਂ ਲੱਖਾਂ, ਵੇਖੋ ਹੁਣ ਅਸੀਂ ਤਾਂ ਵੇਹ ਨਹੀਂ ਆ, ਸਾਨੂੰ ਪਤਾ ਲੱਗ ਰਿਹਾ ਵੀ ਕੀ ਜੀ ਕੀ ਹੋ ਰਿਹਾ। ਇੱਧਰੋਂ ਲੋਕ ਜਾਣਗੇ, ਚਲੋ ਯਾਰ ਸਹਾਰ ਤੋਂ ਮੱਝ ਲੈ ਕੇ ਆਉਂਦੇ, ਚਲੋ ਯਾਰ ਫਲਾਣੇ ਥਾਂ ਤੋਂ ਮੱਝ ਲੈ ਕੇ ਆਉਣੇ, ਪਤਾ ਨਹੀਂ ਕੀ ਹੋ ਗਿਆ ਸਾਡੇ ਪੰਜਾਬ ਨੂੰ। ਪੰਜਾਬ ਦੇ ਵਿੱਚ ਮੱਝ ਕਿਉਂ ਨਹੀਂ ਮਿਲ ਰਹੀ, ਪੰਜਾਬ ਦੇ ਵਿੱਚ ਕਿਉਂ ਨਹੀਂ ਕੋਈ ਪਾ ਰਿਹਾ? ਮੈਂ ਤਾਂ ਸਮਝ ਰਹੀ ਲੱਖਾਂ ਰੁਪਇਆ ਸਾਡੇ ਕਰੋੜਾਂ ਰੁਪਇਆ ਕਮਾ ਕਮਾ ਕੇ ਹਰਿਆਣੇ 'ਚ ਭੇਜ ਰਹੇ। ਪਤਾ ਕੀ ਹੈ, ਪੰਜਾਬ ਦੇ ਵਿੱਚ ਹੁਣ ਤੁਹਾਨੂੰ ਫੋਰਚੂਨਰ ਮਿਲਦੀ ਹੈ, ਮੱਝ ਨਹੀਂ ਮਿਲਦੀ। ਜਿਹੜੇ ਬੰਦੇ ਨੇ ਉਹ ਮੱਝਾਂ ਲਿਆਉਣੀਆਂ, ਉਹ ਉਹਨਾਂ ਦਾ ਕਾਰੋਬਾਰ ਕਰਨਾ ਜਾਂ ਉਹਨਾਂ ਦੀ ਧਾਰ ਕੱਢਣੀ, ਉਹ ਅਗਲਾ ਕਹਿੰਦਾ ਵੀ ਛੱਡੋ ਯਾਰ ਫੋਰਚੂਨਰ ਲਿਆਓ ਅਤੇ ਐਸ਼ ਕਰੋ, ਕਿਉਂਕਿ ਅਸੀਂ ਪੰਜਾਬੀ ਥੋੜ੍ਹੇ ਜਿਹੇ ਐਸ਼ ਪ੍ਰਸਤੀ ਵੱਲ ਜ਼ਿਆਦਾ ਹੋ ਗਏ ਹਾਂ।
ਕੰਮ ਅਸੀਂ ਕੋਈ ਨਹੀਂ ਕਰਦੇ। ਅਸੀਂ ਇਹ ਦੇਖ ਲਈਏ, ਸਾਡੇ ਸਰਪੰਚ ਸਾਹਿਬ ਕਹਿ ਰਹੇ ਵੀ ਅਸੀਂ ਫੁਕਰੇ ਹੋ ਗਏ ਹਾਂ, ਇਸ 'ਚ ਕੋਈ ਸ਼ੱਕ ਨਹੀਂ, ਅਸੀਂ ਫੁਕਰੇ ਹੀ ਹਾਂ। ਦੇਖੋ ਬਿਲਕੁਲ, ਅਸੀਂ ਪੰਜਾਬੀ ਕੰਮ ਕਿੱਥੇ ਕਰਕੇ ਰਾਜੀਏ, ਮੈਨੂੰ ਇਹ ਨਹੀਂ ਨਾ ਸਮਝ ਆਉਂਦੀ। ਤੁਸੀਂ ਅਸੀਂ ਸਿਰਫ ਬਾਹਰ ਜਾ ਕੇ ਕੰਮ ਕਰ ਸਕਦੇ ਹਾਂ, ਅਸੀਂ ਪੰਜਾਬ ਦੇ ਵਿੱਚ ਸਾਡੀ ਸ਼ਾਨ ਹੈ ਜਿਹੜੀ ਨਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦੀ। ਅੱਛਾ ਲੈ ਹੁਣ ਗੱਲਾਂ ਦਾ ਮੁੰਡਾ, ਮੈਂ ਕਹਿੰਦਾ ਵੀ ਗੱਲਾਂ ਦਾ ਮੁੰਡਾ ਹੁਣੇ ਕੰਮ ਕਰੂ, ਅੱਛਾ ਬਰਾੜਾ ਦਾ ਮੁੰਡਾ ਇਹ ਕੰਮ ਕਰੂ, ਆਪਦੀ ਸਬਜ਼ੀ ਆਪਦੀ ਵੇਚਣ ਤੋਂ ਹੋ ਗਿਆ। ਤਾਂ ਇਹ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਜਿਹੜੀਆਂ ਨੇ ਨਾ, ਇਹ ਸਾਡੇ ਲਈ ਨੁਕਸਾਨਦਾਇਕ ਆ। ਤੁਸੀਂ ਇਹ ਦੇਖੋ ਵੀ ਸਾਡੇ ਸਾਡਾ ਕੋਈ ਵੀ ਜਿੰਨੇ ਸਬਜ਼ੀ ਵਾਲੇ ਨੇ, ਕੋਈ ਪੰਜਾਬੀ ਭਰਾ ਕੋਈ ਕੰਮ ਕਰਦਾ? ਜਿੰਨੇ ਬਿਹਾਰ ਤੋਂ ਆਏ ਹੋਏ ਨੇ ਉਹ ਸਬਜ਼ੀਆਂ ਆਪਣੀਆਂ ਮਨ ਮਰਜ਼ੀ ਦੇ ਭਾਅ ਵੇਚਦੇ ਨੇ। ਤੁਸੀਂ ਹੋਰ ਲੇਬਰ ਦੇਖ ਲਓ, ਹੱਥੀਂ ਕੋਈ ਕੰਮ ਕਰਨ ਵਾਲੇ ਸਾਡੇ ਪੰਜਾਬੀ ਨਹੀਂ ਕੰਮ ਕਰਦੇ। ਸਾਨੂੰ ਕੰਮ ਕਿਹੜਾ ਚਾਹੀਦਾ? ਟੌਰ ਵਾਲਾ, ਕੁਰਸੀ 'ਤੇ ਬਹਿ ਕੇ ਅਸੀਂ ਕੰਮ ਕਰੀਏ, ਸਾਨੂੰ ਕੋਈ ਰੋਕ ਨਾ ਹੋਵੇ, ਸਾਨੂੰ ਕੋਈ ਟੋਕ ਨਾ ਹੋਵੇ, ਅਤੇ ਅਸੀਂ ਇਹ ਕਰਕੇ ਰਾਜੀ ਹਾਂ। ਜਾਂ ਅਸੀਂ ਫਿਰ ਗੱਲ ਉਹੀ ਹੈ, ਚਿੱਟੇ ਕੁੜਤੇ ਪਜਾਮੇ ਪਾਏ ਆ ਅਤੇ ਲਾਲਾ ਲਾਲਾ ਕਰਦੇ ਅਸੀਂ ਤੁਰੇ ਫਿਰਦੇ, ਕਦੀ ਇੱਧਰ ਨੂੰ ਉਤਰ ਗਏ, ਕਦੀ ਅਸੀਂ ਉੱਧਰ ਨੂੰ ਉਤਰ ਗਏ। ਜਾਂ ਫਿਰ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਗਲਤਾਨ ਹੋਈ ਪਈ। ਇਹਦੀ ਗੱਲ ਤਾਂ ਹੈ ਨਹੀਂ ਵਿੱਕੀ ਜੀ, ਅਸਲੀਅਤ ਗੱਲ ਕੀ ਹੈ, ਲੋਕਾਂ ਦਾ ਸ਼ੌਂਕ ਹੈ, ਲੋਕ ਕਰਦੇ ਆ, ਪਰ ਉਹਨਾਂ ਦਾ ਪਤਾ ਨਹੀਂ ਕੀ ਕਾਰਨ ਵੀ ਉਸ ਥਾਂ ਤੇ ਕਾਹ ਨਹੀਂ ਪਹੁੰਚਿਆ ਜਾਂਦਾ। ਨਹੀਂ ਕਿੱਥਾ ਦੇਖੋ ਵੀ ਹੈ ਤਾਂ ਮਤਲਬ ਕਰਦੇ ਵੀ ਲੋਕ ਹੈ ਯਕੀਨਨ, ਪਰ ਆਪਾਂ ਨੂੰ ਜ਼ਿਆਦਾ ਸਾਡੇ ਬੈਟਰੀ ਨਕਸ ਦੱਸ ਨਹੀਂ ਜਾ ਰਹੇ ਜਾਂ ਕੁਛ, ਇਹ ਯਕੀਨਨ ਮੰਨੋ ਵੀ ਅਸੀਂ ਵੇਖਿਆ। ਮੈਂ ਦੋ ਤਾਂ ਸਾਡੇ ਆਪਦੇ ਪਰਿਵਾਰਾਂ 'ਚ ਮੈਂ ਵੇਖ ਲਿਆ, ਜਿਹੜੇ ਵੈਟਰੀ ਡਾਕਟਰ ਆਉਂਦੇ ਆ ਪਿੰਡਾਂ ਦੇ ਵਿੱਚ ਪਸ਼ੂਆਂ ਨੂੰ ਦੇਖਭਾਲ ਕਰਦੇ ਆ, ਉਹ ਆਖਣ ਵੇਖ ਆਖਣੇ ਆਹ ਯਾਰ ਝੋਟਾ ਤੂੰ ਰੱਖ ਲਾ ਬਹੁਤ ਵਧੀਆ। ਉਹ ਇਨਸਾਨ ਜ਼ਿਮੀਂਦਾਰ ਉਹ ਝੋਟੇ ਸਾਡੇ ਦੋ ਰੱਖੇ ਆ, ਮੈਂ ਯਕੀਨ ਮੰਨੋ ਇੱਕ ਸਾਡੇ ਮੇਰੇ ਜਵਾਈ ਦਾ ਸੀ ਇੱਕ ਹੋਰ ਸੀ, ਉਹਨਾਂ ਝੋਟੇ ਰੱਖ ਲਏ, ਉਹ ਝੋਟੇ ਪਾਲ ਲਏ, ਸਭ ਕੁਛ ਕਰ ਲਿਆ, ਜਦੋਂ ਹੋਏਗਾ 3 ਸਾਲਾਂ ਦੇ ਹੋ ਗਏ, ਉਦੋਂ ਬਾਅਦ ਉਹ ਦਿਖਾਈ ਨਹੀਂ ਦਿੰਦੇ ਉਹਨਾਂ ਨੂੰ। ਲੇਕਿਨ ਉਹਨਾਂ ਦੇ ਪਾਲਣ ਪੋਸ਼ਣ ਕਰਦਾ ਜੇ ਤੁਸੀਂ ਉਹਨਾਂ ਨੂੰ ਸੰਭਾਲਿਆ ਲਈ ਉਹਨੂੰ ਪਾਲਣ ਪੋਸ਼ਣ ਕੀਤਾ, ਉਹ 'ਤੇ ਮਾੜਾ ਮੋਟਾ ਤਾਂ ਯਾਰ ਦੌਰ ਕਰੋ ਜਮੇ ਸੱਤ ਨਾਮ ਚੁੱਪ ਜਾਵਾਂਗੇ। ਹੈਂ 3 ਸਾਲਾਂ ਬਾਅਦ ਕਿਵੇਂ ਝੋਟਿਆਂ ਫਿਰ ਵਰਾਇਟੀ ਬਦਲ ਜਾਂਦੀ? ਵਰਾਇਟੀ ਨਹੀਂ ਮਤਲਬ ਉਹਨਾਂ ਨੂੰ ਜਿਹੜੀ ਮਤਲਬ ਸੇਧ ਦੇਣੀ ਹੈ ਸੇਧ ਨਹੀਂ ਦਿੰਦੀ ਜਾਂਦੀ। ਕੀ ਕਾਰਨ ਸੇਧ ਆਖੀ ਹੋਈ? ਸੇਧ ਹੀ ਮਤਲਬ ਦੱਸਣਾ ਇਹਦੇ ਕੀ ਹੋਇਆ, ਸਾਡੇ ਆਪਦੇ ਉਸ ਰਾਮਿਆਂ ਨੇ ਆਪਣੇ ਜਵਾਈ ਦਾ ਰੱਖਿਆ ਹੋਇਆ ਸੀ ਝੋਟਾ, ਝੋਟਾ 22 ਲੀਟਰ ਮੱਝ ਦੁੱਧ ਦਿੰਦੀ ਸੀ, ਠੀਕ ਹੈ ਜੀ, ਉਹਦਾ ਝੋਟਾ ਰੱਖਿਆ ਹੋਇਆ ਸੀ। ਹਾਂ ਝੋਟਾ ਉਹਨੇ ਰੱਖ ਲਿਆ, ਡਾਕਟਰ ਨੇ ਕਹਿਤਾ ਵੀ ਰੱਖ ਲੈ ਰੱਖ ਲਾ, ਉਹਨੇ ਉਹ ਸਾਂਭੀ ਗਿਆ। ਖੀਰ 'ਤੇ ਆ ਕੇ ਕੀ ਹੋਇਆ ਵੀ ਜਦੋਂ ਆਪਣੇ ਮੇਲਾ ਲੱਗਿਆ ਇੱਥੇ ਫਰੀਦਕੋਟ, ਜਦੋਂ ਆਮ ਜ਼ਿਲ੍ਹਾ ਪੱਧਰ ਦੇ ਮੇਲੇ ਲੱਗਦੇ ਆ, ਇੱਕ 1000 ਦਾ ਮਤਲਬ ਝੋਟੇ ਮੰਜਲ ਮਤਲਬ ਸੀਗਾ ਲੈ ਕੇ ਆਇਆ ਇੱਥੇ ਆਪਦੇ ਮੇਲੇ 'ਤੇ, ਅਤੇ ਉਹ ਜਦੋਂ ਮੇਲੇ ਵਾਲਾ ਕੁਦਰਤੀ ਗੱਲ ਵੀ ਉਸ ਪਿੰਡ ਦੇ ਵਿੱਚ ਰਿਹਾ ਜਾ ਕੇ, ਅਤੇ ਉਸ ਬੰਦੇ ਨਾਲ ਸਾਡੇ ਬੰਦੇ ਨੇ ਮਤਲਬ ਜਾ ਕੇ ਕਨੈਕਟ ਕੀਤਾ, ਅਤੇ ਜਿਹੜਾ ਝੋਟਾ ਮੇਰੇ ਕੋਲ ਗਿਆ, ਉਹਨੇ ਕਹਿੰਦਾ ਕਹਿੰਦਾ ਭਾਈ ਸਾਹਿਬ ਕਹਿੰਦਾ ਕਿਤਨੀ ਮੱਝ ਕਹਿੰਦਾ ਤੂੰ ਦਿੱਤੀ ਹੈ, ਕਹਿੰਦੀ 22 ਲੀਟਰ। ਉਹ ਹੈਰਾਨਗੀ ਜੀ ਬੰਨੇ 22 ਲੀਟਰ ਵਾਲਾ ਝੋਟਾ ਹੈ। ਉਸੇ ਟਾਈਮ 'ਤੇ ਉਹ ਉਹਦੇ ਘਰੇ ਗਿਆ, ਉਹਨੇ ਜਾ ਕੇ ਵੇਖਿਆ, ਵੇਖ ਕੇ ਤਾਂ ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦਾ ਸਰਦਾਰ ਜੀ 22 ਲੀਟਰ ਇਸ ਕੋ ਦੁੱਧ ਕਿੱਦਾਂ ਦੀ ਆ, ਨਵੀਨ ਦੁੱਧ ਕਿੰਨਾ ਪਿਆ? ਉਹ ਕਹਿੰਦਾ ਜੀ ਅਸੀਂ 2 ਕਿਲੋ। ਕਹਿੰਦਾ ਜੇ ਸਰਦਾਰ ਜੀ ਇਹਨੂੰ ਝੋਟਾ ਤੂੰ ਬਣਾਉਣਾ ਸੀ ਤਾਂ ਘੱਟੋ ਘੱਟ ਜਿਹੜੇ ਡਾਕਟਰ ਨੇ ਤੈਨੂੰ ਰਖਾਇਆ ਸੀ ਘੱਟੋ ਘੱਟ ਇਹ ਤੁਹਾਨੂੰ ਕਹਿੰਦਾ ਵੀ ਘੱਟੋ ਘੱਟ ਬਈ ਐਂ ਕਰ 22 ਲੀਟਰ 12 ਲੀਟਰ ਤੂੰ ਚੋਲਾ, 10 ਲੀਟਰ ਇਹਨੂੰ ਦੇ ਰੋਜ਼ ਦਾ, 5 ਲੀਟਰ ਦਿੱਤਾ ਉਹਦਾ, ਅਤੇ 1 ਮਹੀਨੇ ਦੀ ਝੋਟਾ ਕਹਿੰਦਾ ਤੇਰਾ ਆਪਣਾ ਸਾਲ ਦੇ 1.5 ਸਾਲ ਵਿੱਚ ਪੂਰਾ ਜਵਾਨ ਹੋ ਜਾਣਾ ਸੀ। ਗੱਲ ਨਹੀਂ ਉਹ ਪਤਾ ਕੀ ਸੇਧ ਇਸ ਕਾਰਨ ਇਹਨਾਂ ਦੀ ਗੱਲ ਇਹ ਹੈ ਵੀ ਡਾਕਟਰ ਇੱਕ ਵਾਰੀ ਤਾਂ ਕਹਿ ਗਿਆ ਵੀ ਭਾਈ ਤੂੰ ਆਹ ਝੋਟਾ ਪਾ ਰੱਖ ਲੈ, ਹੁਣ ਰੱਖ ਕੇ ਉਹਨੂੰ ਕਿਸ ਤਰੀਕੇ ਨਾਲ ਪਾਲਣਾ ਇਹ ਸੇਧ ਨਹੀਂ ਦਿੱਤੀ ਗਈ ਵੀ ਜੇ ਉਹ ਬਈ ਉਦੋਂ ਬਾਅਦ ਵੀ ਆਉਂਦਾ ਰਹਿੰਦਾ ਉਹਨੂੰ ਸੇਧ ਦਿੰਦਾ ਰਹਿੰਦਾ ਵੀ ਇਕੱਲਾ ਤੂੰ ਐਂ ਨਹੀਂ ਯਾਰ ਵੀ ਇਹਨੂੰ ਵੀ ਦੁੱਧ ਦੇ, ਠੀਕ ਹੈ, ਯੈਸ, ਤਾਂ ਹੀ ਇਹ ਫਿਰ ਜਿਹੜਾ ਵਧੀਆ ਹੋਊਗਾ। ਗੱਲ ਉਹੀ ਹੈ ਵੀ
ਠੀਕ ਹੈ ਅਸੀਂ ਗੱਲਾਂ ਕਰ ਲੈਂਦੇ ਹਾਂ, ਅਸੀਂ ਸੇਧ ਦੇਣ ਵਾਲਾ ਵੀ ਕੋਈ ਨਾ ਕੋਈ ਹੋਣਾ ਚਾਹੀਦਾ, ਜ਼ਰੂਰੀ ਨਹੀਂ ਇੱਕ ਵਾਰੀ ਕਹਿ ਕੇ ਅਸੀਂ ਕਈ ਸੋਚੀਏ, ਬਿਲਕੁਲ ਕਾਫੀ ਕੁਛ ਹੁੰਦੀਆਂ ਗੱਲਾਂ। ਅਤੇ ਸਰਦਾਰ ਜਗਸੀਰ ਸਿੰਘ ਕੀ ਕਹਿ ਰਹੇ ਨੇ ਇਹਨਾਂ ਦੀ? ਆਪਾਂ ਦਵਾਈਆਂ ਦੇ ਮੁੱਦੇ 'ਤੇ ਤਾਂ ਬੋਲ ਪਏ ਜੀ ਜੀ, ਅਤੇ ਜਿਹੜੀ ਆਪਣੀ ਟੈਸਟਾਂ 'ਚ ਬਹੁਤ ਜ਼ਿਆਦਾ ਲੁੱਟ ਹੁੰਦੀ ਹੈ, ਬਹੁਤ ਜ਼ਿਆਦਾ ਹੈ, ਇੰਨਾ ਜ਼ਿਆਦਾ ਵੀ 50% ਕੁਛ ਡਾਕਟਰ ਚੰਗੇ ਵੀ ਹੈ, ਜਿਵੇਂ ਅਸ਼ਵਨੀ ਕੁਮਾਰ ਹੈ, ਲਹਿਰੇ ਮਾਬਤ ਸੀ ਹੁਣ ਬਾਲਿਆਂ ਲਈ ਹੈ, ਤਲਵੰਡੀ ਸਾਬੋ ਵਾਗੇ ਸੀ ਹੁਣ ਬਾਲਿਆਂ ਲਈ ਹੈ, ਉਹ ਬਕਾਇਦਾ ਆਪਦੀ ਪਰਚੀ ਦੇ ਉੱਤੇ ਲਿਖ ਕੇ ਦਿੰਦੇ ਆ ਜਿੱਥੋਂ ਮਰਜ਼ੀ ਟੈਸਟ ਕਰਾ ਲਾ ਵੀ ਨੋ ਕਮਿਸ਼ਨ, ਉਹਦਾ ਕਦੇ ਕਮਿਸ਼ਨ ਨਹੀਂ ਹੁੰਦਾ। ਮੈਂ ਆਪਦੀ ਮਾਤਾ ਦੀ MRI ਕਰਾਈ ਸੀਗੀ, ਜਿਹੜੀ ਉਹਨਾਂ ਦੇ ਕਹਿਣ 'ਤੇ 1800 ਤੋਂ ਹੀ ਜੀ ਊਂ 4800 'ਚ ਹੁੰਦੀ ਸੀ, ਇੰਨੀ ਇੰਨੀ ਲੁੱਟ ਹੈ। ਮੈਂ ਆਪਦੇ ਘਰ ਵਾਲੀ ਦਾ ਆਪਦੇ ਵੀ ਟੈਸਟ ਕਰਵਾਉਂਦਾ ਰਹਿੰਦਾ, ਉਹਨਾਂ ਦੇ ਕਹਿਣ 'ਤੇ ਬਹੁਤ ਲੈਸ ਹੁੰਦਾ, ਡਾਕਟਰ ਬਹੁਤ ਵਧੀਆ ਹੈਗੇ ਆ ਪਰ ਬਹੁਤ ਘੱਟ ਹੈ, ਚੰਗੇ ਡਾਕਟਰ ਵੀ ਬਹੁਤ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਪਹਿਲਾਂ ਨੋ ਡਾਊਟ ਕਮਿਸ਼ਨ ਪਹਿਲਾਂ ਵੀ ਚੱਲਦਾ ਸੀ, ਪਹਿਲਾਂ ਕੀ ਹੁੰਦਾ ਸੀ MR ਜਦੋਂ ਡਾਕਟਰਾਂ ਕੋਲ ਜਾਂਦੇ ਸੀਗੇ ਤਾਂ ਕੋਈ ਨਾ ਕੋਈ ਗਿਫਟ ਹੁੰਦਾ ਸੀ, ਹੈ ਨਾ ਵੀ ਆਹ ਜੀ ਸੈਂਪਲ ਨੇ ਜੀ ਆਹ ਗਿਫਟ ਨੇ। ਹੁਣ ਤਾਂ ਸ਼ਰੇਆਮ ਜੋ ਮੇਰੇ ਸੁਣਨ 'ਚ ਆਇਆ ਸਿੱਧਾ ਹੀ ਹੈ ਵੀ ਮਹਾਰਾਜ ਤੁਹਾਨੂੰ ਇੰਨੇ ਪੈਸੇ ਦਿਆ ਕਰਾਂਗੇ, ਤੁਸੀਂ ਪਰਚੀ ਲਿਖੋ, ਉਹ ਫਿਰ ਉਹਦੇ ਨੇੜੇ ਜਿਹੜਾ ਡਾਕਟਰ ਹੁੰਦਾ ਕੈਮਿਸਟ ਉੱਥੋਂ ਫਿਰ ਲਿਸਟ ਕਢਾਈ ਜਾਂਦੀ ਹੈ ਮਹੀਨੇ ਬਾਅਦ ਆਈ ਥਿੰਕ, ਤਾਂ ਫਿਰ ਉਹਨੂੰ ਉਹ ਬੰਦੇ ਦਾ ਕਮਿਸ਼ਨ ਹੈ ਜਿਹੜਾ ਉਹ ਦਿੱਤਾ ਜਾਂਦਾ, ਅਤੇ ਕਈ ਵਾਰੀ ਐਡਵਾਂਸ। ਹੁਣ ਉਹ ਸੈਂਪਲਾਂ ਵਾਲੇ ਕੰਮ ਗਏ, ਉਹ ਹੁਣ ਉਹ ਗਿਫਟਾਂ ਗਈਆਂ ਵੀ ਦਿਵਾਲੀ 'ਤੇ ਗਿਫਟ ਦੇਣਾ ਜੀ ਡਾਕਟਰ ਸਾਹਿਬ ਨੂੰ ਵੀ ਇਹਨਾਂ ਨੇ ਸਾਡੀ ਪਰਚੀ ਲਿਖੀ, ਹੁਣ ਤਾਂ ਸਿੱਧੀ ਬੈਠ ਕੇ ਡੀਲ ਹੁੰਦੀ ਹੈ ਵੀ ਹਾਂਜੀ ਮਹਾਰਾਜ ਠੀਕ ਹੈ ਮੈਂ ਤੁਹਾਡਾ ਪ੍ਰੋਡਕਟ ਲਿਖ ਦਿੰਦਾ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਕਿੰਨੇ ਪੈਸੇ। ਦੂਜਾ ਤੁਸੀਂ ਜਿਹੜੀ ਇਹ ਗੱਲ ਕੀਤੀ, ਹੁਣ ਜਿਹੜੇ ਇਹ ਜਿੰਨੇ ਵੀ ਟੈਸਟਾਂ ਵਾਲੇ ਨੇ ਇਹ ਵੀ ਫਿਰ ਵੱਧ ਚੜ ਕੇ ਕਮਿਸ਼ਨ ਦਿੰਦੇ ਨੇ, ਡਾਕਟਰ ਸਾਹਿਬ ਇੰਨੇ % ਮੇਰਾ ਮੈਂ ਤੁਹਾਨੂੰ ਦਊਂਗਾ ਜੀ, ਉਹ ਸਾਰਾ ਭਾਰ ਤੁਹਾਡੇ ਵੱਲੋਂ ਜਾਂਦਾ, ਤੁਹਾਡੇ ਮਰੀਜ਼ਾਂ ਵੱਲੋਂ ਜਾਂਦਾ। ਇੱਕ ਤਾਂ ਬੰਦੇ ਦੀ ਜਾਨ ਦੀ ਬਣੀ ਹੁੰਦੀ ਹੈ, ਦੂਸਰਾ ਬੰਦੇ ਕੋਲ ਪੈਸਾ ਨਹੀਂ ਹੁੰਦਾ, ਤੀਜਾ ਇਹ ਲੋਕ ਫਿਰ ਦੇਖੋ ਹੁਣ ਜਿੱਥੇ ਬੰਦਾ ਮਰਦਾ ਹੋਵੇ ਤਾਂ ਬੰਦਾ ਕਹਿੰਦਾ ਯਾਰ ਵੀ ਮੇਰੀ ਵੀ ਭਾਵੇਂ ਜਾਨ ਚਲੀ ਜੇ ਪਰ ਆਹ ਬੰਦਾ ਬਚਣਾ ਚਾਹੀਦਾ, ਮੇਰਾ ਭਾਵੇਂ ਸਾਰਾ ਕੁਛ ਵਿਕ ਜੇ। ਉਦੋਂ ਬੰਦਾ ਫਿਰ ਘਰ ਬਾਹਰ ਦੀਆਂ ਚੀਜ਼ਾਂ ਵੀ ਵੇਚਦਾ, ਆਂਢ ਗੁਆਂਢ ਤੋਂ ਪੈਸੇ ਮੰਗਦਾ, ਰਿਸ਼ਤੇਦਾਰਾਂ ਤੋਂ ਪੈਸੇ ਮੰਗਦਾ, ਕਿੰਨੀ ਨਮੋਸ਼ੀ ਹੁੰਦੀ ਹੈ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਧਰਤੀ 'ਤੇ ਦੂਜਾ ਰੱਬ ਕਹਿੰਦੇ ਹਾਂ। ਇਹਨਾਂ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ, ਇਹੀ ਚਿੰਤਾ ਹੁੰਦੀ ਹੈ। ਕਮਿਸ਼ਨ ਤਾਂ ਨਾ ਇੰਨਾ ਅੱਗੇ ਲੰਘ ਗਿਆ, ਇੱਕ ਮਰੀਜ਼ ਨੂੰ ਜਿਹੜਾ ਝੋਲਾ ਸਾਹਿਬ ਡਾਕਟਰ ਹੈ ਉਹਨੂੰ ਨਾਲ ਲੈ ਕੇ ਚਲੇ ਗਏ ਵੀ ਸਾਡਾ ਚੰਗੇ ਹੋਸਪਿਟਲ ਦੇ ਵਿੱਚ ਲੈ ਜਾ, ਸਾਡਾ ਮਰੀਜ਼ ਬਚ ਜੇ। ਉੱਥੇ ਜੀ ਉਹ ਜਾਂਦਿਆਂ ਤੋਂ 1,00,000 ਰੁਪਇਆ ਜਮ੍ਹਾਂ ਕਰਾ ਲਿਆ, ਉਹਨਾਂ ਦਾ ਮਰੀਜ਼ ਗੱਡੀ ਦੇ ਵਿੱਚ ਹੀ ਮਰ ਗਿਆ, ਅੰਦਰ ਨਹੀਂ ਗਿਆ। ਉੱਥੇ ਜੀ ਉਹ ਕਹਿੰਦੇ 1,00,000 ਰੁਪਇਆ ਜਮ੍ਹਾਂ ਕਰਕੇ ਮੋੜ ਦੇਣੀ, ਉੱਥੇ ਰੌਲਾ ਪੈ ਗਿਆ, ਉਹ ਜ਼ਿਆਦਾ ਬੰਦੇ ਸੱਟਣਾ ਉਹ 'ਤੇ, ਅਤੇ ਉਹਨਾਂ ਨੇ ਜੀ 65,000 ਰੁਪਇਆ ਵਾਪਸ ਕਰਤਾ। ਮੈਂ 35 ਦਾ ਕਹਿੰਦਾ ਜਿਹੜਾ ਤੁਹਾਡਾ ਝੋਲਾ ਚੱਕਣ ਵਾਲਾ ਆਇਆ ਨਾ ਉਹ ਲੈ ਗਿਆ, ਜਿਹਨੂੰ ਅਸੀਂ ਆਪਦਾ ਬੰਦਾ ਸਮਝ ਕੇ ਲੈ ਗਏ ਹਾਂ। ਕ੍ਰਿਸ਼ਨ ਤਾਂ ਇੱਥੇ ਤੱਕ ਬੰਦੇ ਨੂੰ ਗੇਰਦਾ, ਜਿਹਨੂੰ ਆਪਣਾ ਆਪਣਾ ਸਮਝਦੇ ਨਾ ਉਹ ਵੀ ਗਿਰ ਜਾਂਦਾ। ਇਹ ਤਾਂ ਖੁਦ ਵੇਖਿਆ ਜੀ, ਮੈਂ ਆਪ ਵੇਖਿਆ ਇਹਦੇ 'ਚ, ਵਿੱਕੀ ਜੀ ਮਾਤਾ ਜੀ ਦੇ ਨੇ ਆਪਣੇ ਅਗੇਂਸਟ ਪ੍ਰਾਪਤ ਹੋ ਗਿਆ ਸੀ, ਅਤੇ ਉਸ ਉੱਤੇ ਮੈਨੂੰ ਡਾਕਟਰ ਲਿੱਤਾ, ਕਹਿੰਦਾ 7,000-8,000 ਰੁਪਏ ਲੱਗੂਗਾ ਸਕੈਨ ਕਰਾ ਕੇ ਲਿਆ। ਮਾਂ ਜੀ ਮੈਂ ਠੀਕ ਦਿੰਦਾ, ਮੈਂ ਉਹਦੇ ਕੀ ਜਾਣਾ ਸੀ, ਮੈਂ ਮੇਘਾਲਿਆ 'ਚ ਚਲਾ ਗਿਆ। ਮੇਘਾਲਿਆ ਜਾ ਕੇ ਮੈਂ ਮਾਤਾ ਨੂੰ ਵਿੱਚ ਕਾਰ ਦੇ ਪਾਈ ਰੱਖਿਆ, ਅਤੇ ਮੈਂ ਜਾ ਕੇ ਪੁੱਛਿਆ ਡਾਕਟਰ ਸਾਹਿਬ ਮੈਂ ਖਾਸ ਸਕੈਨ ਕਰਾਉਣੀ ਦੱਸੋ ਕਿੰਨੇ ਪੈਸੇ ਲਾਉਂਗੇ? ਉਹ ਮੇਰੇ ਕਹਿੰਦੇ ਹੈਰਾਨ ਹੋ ਕੇ ਚੱਕ, ਕਹਿੰਦਾ ਅਤੇ ਮਰੀਜ਼ ਕਿੱਥੇ? ਮਾਂ ਜੀ ਕਾਰ 'ਚ ਪਿਆ। ਕਹਿੰਦਾ ਲਿਆਓ ਛੇਤੀ ਅੰਦਰ। ਮਾਂ ਜੀ ਆਏ ਨਹੀਂ ਲੈ, ਕਹਿੰਦਾ ਮੈਨੂੰ ਪਹਿਲਾਂ ਰੇਟ ਦੱਸੋ। ਮੈਂ ਉਹਦਾ ਰੇਟ ਪੁੱਛ ਲਿਆ, ਜਿਹਦੇ ਮੈਨੂੰ ਪਹਿਲਾਂ ਉਹਨੂੰ 7,500 ਕਿਹਾ ਸੀ, ਉਹਨੇ ਮੇਰੇ ਤੋਂ ਮੰਗਿਆ 6,500। ਮਾਂ ਜੀ ਜੇ ਮੈਂ 6,500 ਦੇਣਾ ਤਾਂ ਫਿਰ ਮੈਂ ਜਿਹਦੇ ਡਾਕਟਰ ਦੇ ਵਿੱਚ ਮੈਂ ਉਹਦੇ ਜਾੜੂ, ਉਹ ਹੈਰਾਨ ਨਹੀਂ ਹੈ ਵੀ ਉਹਦੇ ਜਾਊਗਾ। ਫਿਰ ਉਹ ਕਹਿੰਦਾ ਖੈਰ, ਫਿਰ ਉਹਨੂੰ ਕਰਕੇ ਤਾਂ ਮੈਨੂੰ ਉੱਤੋਂ ਡਾਕਟਰ ਦੂਜੇ ਡਾਕਟਰ ਵੱਡੇ ਡਾਕਟਰ ਨਾਲ ਕਰ ਕਰਕੇ ਫਿਰ ਆ ਗਏ ਥੱਲੇ। ਮੈਨੂੰ ਤੁਸੀਂ ਸਾਨੂੰ 5,000 ਰੁਪਇਆ ਅਤੇ 500 ਰੁਪਏ ਇੱਕ ਡਾਕਟਰ ਉਹ ਟੀਕਾ ਲਾ ਕੇ ਜਾਊਗਾ, ਉਹ ਹੁਣ ਦੇ ਦਿਓ। ਮਾਂ ਜੀ ਮੈਂ ਤਾਂ ਦੇਖੋ ਵੀ ਜਿਸ ਡਾਕਟਰ ਕੋਲ ਮੈਨੂੰ ਭੇਜਿਆ ਸੀ ਉਹਨੇ 7,500 ਤੋਂ 8,000 ਰੁਪਏ ਦਿੱਤਾ, 55 ਮੈਂ ਉਹ ਜਿਹੜਾ ਕਿ ਮਤਲਬ 5,500 ਰੁਪਏ ਕਰਵਾ ਕੇ ਪਾਸ ਮਾਇਆ। ਇੱਥੋਂ ਤੱਕ ਹੀ ਨਹੀਂ ਹੁੰਦੀ, ਤੁਸੀਂ ਕਿਸੇ ਹੋਰ ਹਸਪਤਾਲ ਚਲੇ ਜਾਓ ਜੀ, ਚੰਡੀਗੜ੍ਹ ਵਜੋਂ, ਮੈਂ ਕਹਿੰਦਾ DMC ਵਜੋਂ, ਉਹ ਤੁਹਾਡੇ ਟੈਸਟਾਂ 'ਤੇ ਵਿਸ਼ਵਾਸ ਹੀ ਨਹੀਂ ਕਰਦੇ। ਕਿਉਂ ਕਦੇ ਸੋਚਿਆ?
ਵੀ ਉਹੀ ਟੈਸਟ ਦੋ ਦਿਨ ਪਹਿਲਾਂ ਹੋਏ ਹੋਏ ਨੇ ਉਹ ਨਵਾਂ ਮੰਗਦੇ ਨੇ ਕਿਉਂਕਿ ਜੇ ਟੈਸਟ ਨੇ ਇਹਨਾਂ ਤੇ ਵੀ ਯਕੀਨ ਨਹੀਂ ਉਹ ਡਾਕਟਰ ਦੇ ਕਹੇ ਚ ਲਿਖ ਦਿੰਦੇ ਨੇ ਰਿਪੋਰਟ ਬਹੁਤ ਹੋਣੇ ਉਹ ਡਾਕਟਰ ਨੂੰ ਪਤਾ ਹੁੰਦਾ ਬਿਮਾਰੀ ਆ ਉਹਦੇ ਕਹੇ ਤੀ ਰਿਪੋਰਟ ਲਿਖਦੇ ਨੇ ਉਹ ਆਪਦੇ ਡਾਕਟਰ ਆਪ ਡਾਕਟਰਾਂ ਤੇ ਵਿਸ਼ਵਾਸ ਨਹੀਂ ਕਰਦੇ ਬਿਲਕੁਲ ਜੀ ਅਸੀਂ ਗੱਲ ਕੁੱਲ ਮਿਲਾ ਕੇ ਕੀ ਹੈ ਅਸੀਂ ਬੰਦੇ ਨਹੀਂ ਸਹੀ ਮਾਇਨੇ ਦੇ ਵਿੱਚ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਅਸੀਂ ਭੇਡਾਂ ਜਿਹਦੇ ਹੱਥ ਆਉਂਦੀ ਆ ਉਹ ਸਾਨੂੰ ਮੁੰਨ ਲੈਂਦੇ ਜਿਹਦੇ ਹੱਥ ਗਏ ਅਗਲਾ ਅੱਛਾ ਆ ਗਈ ਭੇਡ ਚਲੋ ਮੈਂ ਮੁੰਨ ਲਈ ਉਧਰੋਂ ਕੰਨ ਫੜ ਕੇ ਦੂਜੇ ਪਾਸੇ ਛੱਡ ਦਿੰਦੇ ਆ ਵੀ ਚੱਲ ਹੁਣ ਤੂੰ ਮੁੰਨ ਲੈ ਇਹ ਇਹ ਸਾਡਾ ਹਾਲ ਹੈ ਜਿਹੜਾ ਇਹ ਹੋ ਗਿਆ ਅਤੇ ਜਦੋਂ ਫਿਰ ਅਸੀਂ ਅੱਜ ਕੱਲ੍ਹ ਥੋੜ੍ਹਾ ਜਿਹਾ ਹਾਈਟੈਕ ਜ਼ਮਾਨਾ ਆ ਗਿਆ ਹੁਣ ਕੈਂਚੀ ਨਾਲ ਨਹੀਂ ਹੁਣ ਤਾਂ ਫਿਰ ਉਹ ਜਿਹੜੀ ਇੱਕ ਮਸ਼ੀਨ ਜੀ ਆਉਂਦੀ ਹੈ ਉਸੇ ਨਾਲ ਹੀ ਵੱਢਦੇ ਰਹਿੰਦੇ ਅਤੇ ਉਹ ਫਿਰ ਅਸੀਂ ਬਿਲਕੁਲ ਸਾਡੇ ਪੱਲੇ ਕੱਖ ਨਹੀਂ ਬਚਦਾ ਸੋ ਇਸ ਕਰਕੇ ਸਾਨੂੰ ਭੇਡਾਂ ਨਾ ਸਮਝੋ ਅਸੀਂ ਇਨਸਾਨ ਹਾਂ ਅਤੇ ਸਾਨੂੰ ਇਨਸਾਨਾਂ ਵਾਂਗੂ ਟ੍ਰੀਟ ਕਰੋ ਕੋਸ਼ਿਸ਼ ਕਰੋ ਵੀ ਜੇ ਅੱਜ ਅਸੀਂ ਉਸ ਬੈੱਡ 'ਤੇ ਪਏ ਹਾਂ ਤਾਂ ਕੱਲ੍ਹ ਨੂੰ ਤੁਹਾਡੇ ਘਰ ਦਾ ਜੀ ਵੀ ਪੈ ਸਕਦਾ ਇਹਨਾਂ ਗੱਲਾਂ ਨੂੰ ਯਾਦ ਰੱਖੋ ਅਸੀਂ ਇਨਸਾਨ ਹਾਂ ਇਨਸਾਨ ਬਣ ਕੇ ਰਹੀਏ ਗੁਰੂਆਂ ਪੀਰਾਂ ਦੀ ਧਰਤੀ 'ਤੇ ਰਹਿੰਦੇ ਹਾਂ ਤਾਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਵੱਢਣ ਦੀ ਕਿਸੇ ਨੂੰ ਕੋਸ਼ਿਸ਼ ਨਾ ਕਰੀਏ ਕਿਸੇ ਦੇ ਸਮਰਥਕ ਬਣੀਏ ਕਿਸੇ ਦੇ ਐਂਟੀ ਨਾ ਹੋਈਏ ਕਿ ਸਿਰਫ਼ ਅਤੇ ਸਿਰਫ ਆਪਣੇ ਆਪ ਬਾਰੇ ਨਾ ਸੋਚੀਏ ਅਸੀਂ ਸੈਲਫਿਸ਼ ਨਾ ਹੋਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ